ਸਾਡੇ ਸਿਰਮੌਰ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਕੋਟਨ ਕੋਟ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਪੰਜਾਬ ਦੇ ਸਭ ਵਰਗਾਂ ਦੇ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਅੰਦਰ ਤੀਰਥ ਯਾਤਰਾ ਸਕੀਮ ਚਲਾਈ। ਅੱਜ ਤੋਂ ਪਹਿਲਾਂ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਨਾ ਤਾਂ ਕੋਈ ਸਰਕਾਰ ਆਈ ਅਤੇ ਨਾ ਮੈਨੂੰ ਲੱਗਦਾ ਕੋਈ ਆਏਗੀ ਜਿਹੜੀ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਜਿਹੜੇ ਗਰੀਬ ਵਰਗ ਦੇ ਲੋਕ ਨੇ ਜਿਹੜੇ ਆਪਣੇ ਧਰਮਾਂ ਦੇ ਸਥਾਨ 'ਤੇ ਜਾ ਕੇ ਨਤਮਸਤਕ ਨਹੀਂ ਹੋ ਸਕਦੇ ਸਨ ਉਹਨਾਂ ਵਾਸਤੇ ਮੁਫਤ ਜਿਹੜੀ ਹੈ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਪਿਛਲੇ ਸਮੇਂ 'ਚ ਹਜ਼ੂਰ ਸਾਹਿਬ ਵਾਸਤੇ। ਅੱਜ ਅਸੀਂ ਪਟਨਾ ਸਾਹਿਬ ਵਾਸਤੇ ਵੀ ਉਹ ਯਾਤਰਾ ਜਿਹੜੀ ਹੈ ਉਹ ਰਵਾਨਾ ਕਰਕੇ ਆਏ ਹਾਂ। ਆਉਣ ਵਾਲਿਆਂ ਨੂੰ ਇਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਹਾਂਗੀ ਇਸ ਨਾਲ ਦੀ ਸਰਕਾਰ ਦੁਬਾਰਾ ਕਦੇ ਨਹੀਂ ਆਵੇਗੀ ਅਤੇ ਨਾ ਹੀ ਕਿਸੇ ਨੂੰ ਆਉਣ ਦਿੱਤਾ ਜਾਵੇਗਾ। ਇਹ ਸਰਕਾਰ ਸਾਨੂੰ ਬਹੁਤ ਕੁਛ ਦੇ ਰਹੀ ਹੈ, ਸਾਡੇ ਗਰੀਬਾਂ ਦਾ ਬਹੁਤ ਮਦਦ ਕਰ ਰਹੀ ਹੈ। ਮੈਂ ਬਾਦਲ ਸਾਹਿਬ ਨੂੰ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਵਾਂ ਵੀ ਅੱਜ ਤੱਕ ਇੰਨੀ ਛੋਟੀ ਉਮਰ 'ਚ ਕਿਸੇ ਨੇ ਨਹੀਂ ਪੰਜ ਤਖਤਾਂ ਦੇ ਕੀਤੇ ਹੋਣੇ ਦਰਸ਼ਨ, ਅਤੇ ਮੈਂ ਪਿਛਲੀ ਵਾਰ ਹਜ਼ੂਰ ਸਾਹਿਬ ਟ੍ਰੇਨ ਗਈ, ਮੈਂ ਉੱਥੇ ਵੀ ਗਿਆ ਹੈ ਅਤੇ ਇਸ ਵਾਰ ਪਟਨਾ ਸਾਹਿਬ ਧਰ ਲਿਆ। ਹਾਂਜੀ, ਬਾਦਲ ਅੰਕਲ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹੋ ਜਿਹੀ ਸਰਕਾਰ ਅੱਗੇ ਹੋਊਗੀ ਅਤੇ ਸਾਡੇ ਦੇਸ਼ ਦਾ, ਸਾਡੇ ਯੂਥ ਦਾ ਵਿਕਾਸ ਹੋਊਗਾ।